चेन्नई चाहे जलंधरों गुजराती चा पार समंदरों आए सब किस्मत अजमावन लेके स्वाद नवाबी ਪਹਿਲਾ ਦਿਨ ਸੀਗਾ ਔਰ ਉਹ ਦਿਨ ਹੁਣ ਗਿਆ ਹੈ ਖਤਮ ਔਰ ਉਸ ਤੋਂ ਬਾਅਦ ਆਪਣੇ ਕੰਟੈਸਟੈਂਟਸ ਜਿਹੜੇ ਨੇ ਉਹ ਤਿਆਰ ਹੋ ਚੁੱਕੇ ਨੇ ਆਪਣੀ ਆਪਣੀ ਪਲੇਟਸ ਦੇ ਨਾਲ ਜੱਜਸ ਤਿਆਰ ਨੇ ਇੱਕ ਇੱਕ ਕਰਕੇ ਸਾਰੇ ਕੰਟੈਸਟੈਂਟਸ ਦੇ ਅੱਜ ਦੇ ਫੂਡ ਨੂੰ ਟੇਸਟ ਕਰਨ ਲਈ ਸੋ ਸਭ ਤੋਂ ਪਹਿਲਾਂ ਅੱਜ ਦੇ ਪਾਰਟਿਸਿਪੇਟ ਨੂੰ ਬੁਲਾਉਂਦੇ ਹਾਂ ਜੀਆ ਨੂੰ ਸੋ ਜੀਆ ਵੈਲਕਮ ਜੀਆ ਜੀਆ ਨਰਵਸ ਖੱਟੇ ਰਾਈਸ ਖੱਟੇ ਚਾਵਲ ਬਣਾਏ ਇਮਲੀ ਵਾਲੇ ਤੀਸਰਾ ਇਹਦੇ ਵਿੱਚ ਮੈਂ ਬਣਾਇਆ ਛੀਛਾ ਔਰ ਗੁੜ ਵਾਲਾ ਦਲੀਆ ਔਰ ਜਿਹੜਾ ਸਾਡੇ ਬਜ਼ੁਰਗਾਂ ਦਾ ਸ਼ੁਰੂ ਤੋਂ ਹੀ ਫੇਵਰੇਟ ਰਿਹਾ ਦੇਸੀ ਘਿਓ ਦੇ ਵਿੱਚ ਸ਼ੱਕਰ ਪਾ ਕੇ ਇਹੀ ਆਈਟਮਸ ਨੇ ਹੁਣ ਦੇਖੋ ਜੱਜਿਸ ਕਿਹਨੂੰ ਪਾਸ ਕਰਦੇ ਨੇ ਮੇਨ ਇੱਕ ਨਾਲ ਵਿੱਚ ਮੈਂ ਰੋਟੀ ਦਿੱਤੀ ਹੈ ਮੋਨੀ ਰੋਟੀ ਜਿਹੜੀ ਕਿ ਸਾਡੇ ਪੰਜਾਬੀ ਕਲਚਰ ਦੇ ਵਿੱਚ ਮੋਸਟਲੀ ਆਫਟਰ ਡਿਲੀਵਰੀ ਲੇਡੀਜ਼ ਨੂੰ ਦਿੱਤੀ ਜਾਂਦੀ ਜਿਹੜੀ ਕਿ ਬਹੁਤ ਹੀ ਹੈਲਦੀ ਹੁੰਦੀ ਹੈ ਜਿਹੜੇ ਦੇਸੀ ਘਿਓ ਨੂੰ ਆਟੇ ਦੇ ਵਿੱਚ ਪਾ ਕੇ ਗੁੰਨਿਆ ਜਾਂਦਾ ਉਹ ਬਣਾਈ ਹੈ ਅਤੇ ਇੱਕ ਚਨੇ ਦਾਲ ਵਾਲੀ ਰੋਟੀ ਬਣਾਈ ਹੈ ਮੈਂ ਬਿਲਕੁਲ ਨੂੰ ਦੇਖਦੇ ਹਾਂ ਕਿ ਅੱਜ ਦਾ ਸਾਡਾ ਖਾਸ ਰਾਊਂਡ ਹੈ ਅਤੇ ਉਹਦੇ ਵਿੱਚ ਤੁਹਾਡੀ ਜਿਹੜੀ ਰੈਸਿਪੀ ਹੋਣਾ ਜਿਹੜਾ ਅੱਜ ਫੂਡ ਆ ਉਹ ਲੋਸਟ ਹੁੰਦਾ ਕਿ ਫਾਊਂਡ ਹੁੰਦਾ ਉਹ ਤਾਂ ਪਤਾ ਲੱਗੂਗਾ ਹੀ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਬਾਕੀ ਪਾਰਟੀਸਪੈਂਟਸ ਜਿਹੜੇ ਨੇ ਉਹ ਵੀ ਬਹੁਤ ਜ਼ਿਆਦਾ ਮਿਹਨਤ ਕਰਕੇ ਬਹੁਤ ਜ਼ਿਆਦਾ ਤੁਸੀਂ ਅੱਜ ਵੀ ਆਪਾਂ ਸਾਰੇ ਜਿੱਦਾਂ ਗੱਲ ਕਰ ਰਹੇ ਸੀਗੇ ਕਿ ਵੀ ਇਕੁਅਲ ਟਾਈਮ ਮਿਲਦਾ ਹੈ ਸਭ ਦੇ ਐਫਰਟਸ ਹੁੰਦੇ ਆ ਲੇਕਿਨ ਕਿਸੇ ਦੋ ਨੂੰ ਘਰ ਜਾਣਾ ਅਤੇ ਕਿਸੇ ਦੋ ਨੂੰ ਰਹਿਣਾ ਆ ਉਹਦੇ ਲਈ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਕੰਪੀਟੀਸ਼ਨ ਉਹਨਾਂ ਦੇ ਨਾਲ ਤੁਹਾਨੂੰ ਕੀ ਫੀਲ ਹੁੰਦਾ ਆ ਕਿ ਤੁਹਾਨੂੰ ਜਾਣ ਲਈ ਕਹੂੰਗਾ ਐਫਰਟਸ ਸਭ ਨੇ ਲਗਾਏ ਹੈ ਰਹਿਣ ਦਾ ਮਨ ਵੀ ਸਭ ਦਾ ਹੈ ਲੇਕਿਨ ਇਹ ਤਾਂ ਹੋਣਾ ਹੀ ਹੈ ਦੋ ਨੂੰ ਤਾਂ ਜਾਣਾ ਹੀ ਪੈਣਾ ਅਤੇ ਤੁਹਾਨੂੰ ਲੱਗਦਾ ਕਿ ਤੁਸੀਂ ਦੋ ਜਾਣ ਵਾਲਿਆਂ 'ਚੋਂ ਕਿ ਦੋ ਰਹਿਣ ਵਾਲਿਆਂ 'ਚੋਂ ਓਬਵੀਅਸ ਹੈ ਰਹਿਣ ਵਾਲਿਆਂ 'ਚੋਂ ਵੈਸੇ ਤਾਂ ਬਾਕੀ ਤਿੰਨੋਂ ਹੀ ਬਹੁਤ ਸਟਰੋਂਗ ਕੈਂਡੀਡੇਟਸ ਨੇ ਬਾਕੀ ਫੇਰ ਵੀ ਜ਼ਿਆਦਾ ਜਿਹੜਾ ਲੱਗ ਰਿਹਾ ਮੈਨੂੰ ਜੈਨੀ ਤੋਂ ਖਤਰਾ ਲੱਗ ਰਿਹਾ ਖਤਰਾ ਓਹੋ ਦੇਖਦੇ ਹਾਂ ਕਿ ਜੈਨੀ ਦੇ ਮਿਠਾਸ ਵਾਲੀ ਪਲੇਟ ਜਿਹੜੀ ਕਿ ਬਹੁਤ ਜ਼ਿਆਦਾ ਪਿਆਰ ਦੇ ਨਾਲ ਹਮੇਸ਼ਾ ਲੈ ਕੇ ਆਉਂਦੇ ਆ ਸਭ ਤੋਂ ਜ਼ਿਆਦਾ ਜੈਨੀ ਜਿਹੜੇ ਹੁਣ ਤੱਕ ਫੇਵਰੇਟ ਰਹੇ ਨੇ ਆਪਣੇ ਫੂਡ ਕਰਕੇ ਦੇਖਦੇ ਆ ਕਿ ਖਤਰਾ ਤੁਹਾਨੂੰ ਰਹਿੰਦਾ ਆ ਕਿ ਨਹੀਂ ਰਹਿੰਦਾ ਆ ਅਤੇ ਜੱਜਸ ਨੂੰ ਪੁੱਛ ਲੈਂਦੇ ਹਾਂ ਜੱਜਸ ਦਾ ਪੰਜਾਬ ਦੇ ਵਿੱਚ ਬਾਲਟਿਸਤਾਨ ਏਰੀਆ ਸੀ ਬੇਸਿਕਲੀ ਮੈਂ ਸਿਆਲ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਅਤੇ ਮੇਰੇ ਜਿਹੜੇ ਸਿਆਲਕੋਟ ਤੋਂ ਮੇਰੇ ਦਾਦਾ ਜੀ ਬਿਲੋਂਗ ਕਰਦੇ ਸੀਗੇ ਉਹ ਸਾਨੂੰ ਦੱਸਦੇ ਹੁੰਦੇ ਸੀ ਕਿ ਜਦੋਂ ਉਹਨਾਂ ਦੇ ਉੱਧਰ ਇਹ ਚੀਜ਼ ਫੇਵਰੇਟ ਰਹੀ ਹੈ ਕਿ ਜਦੋਂ ਵੀ ਕੋਈ ਸਪੈਸ਼ਲ ਘਰ ਆਉਂਦੇ ਸੀਗੇ ਅਤੇ ਉਹਨਾਂ ਵਾਸਤੇ ਸਪੈਸ਼ਲ ਗੈਸਟ ਵਾਸਤੇ ਨੋਨ ਵੈਜ ਵੀ ਬਣਦਾ ਸੀ ਇਹੀ ਬਾਲਟੀ ਔਰ ਜੇ ਕੋਈ ਵੈਜੀਟੇਰੀਅਨ ਆ ਜਾਏ ਤਾਂ ਘੀਆ ਬਾਲਟੀ ਬਣਦਾ ਸੀ ਅਤੇ ਨਾਲ ਇਹੀ ਖੱਟੇ ਵਾਲੇ ਰਾਈਸ ਬਣਦੇ ਸੀ ਇਮਲੀ ਪਾ ਕੇ ਜੀ ਪਹਿਲੀ ਗੱਲ ਤਾਂ ਤੁਹਾਡਾ ਬਹੁਤ ਸੋਹਣਾ ਐਫਰਟ ਹੈ ਥੈਂਕ ਯੂ ਸਰ ਸਾਡਾ ਕਲਚਰ ਪ੍ਰੀਜ਼ਰਵ ਕਰ ਰਹੇ ਹੋ ਤੁਸੀਂ ਪੰਜਾਬ ਦਾ ਕਲਚਰ ਪ੍ਰੀਜ਼ਰਵ ਕਰ ਰਹੇ ਹੋ ਉਹ ਵੀ ਖਾਣੇ ਜ਼ਰੀਏ ਇਸ ਤੋਂ ਵੱਡੀ ਚੀਜ਼ ਕੁਛ ਨਹੀਂ ਹੋ ਸਕਦੀ ਤੁਹਾਡਾ ਗੁੜ ਵਾਲਾ ਦਲੀਆ ਇਜ਼ ਆਊਟਸਟੈਂਡਿੰਗ ਐਬਸੋਲੂਟਲੀ ਆਊਟਸਟੈਂਡਿੰਗ ਥੈਂਕ ਯੂ ਸਰ ਮੇਰੇ ਹਿਸਾਬ ਨਾਲ ਤੁਹਾਡਾ ਬਹੁਤ ਵਧੀਆ ਐਫਰਟ ਹੈ ਰੱਬ ਕਰੇ ਤੁਸੀਂ ਇੱਦਾਂ ਹੀ ਕਰਦੇ ਰਹੋ ਬਾਬੇ ਦੀ ਮਿਹਰ ਹੋਵੇ ਤੁਹਾਡੇ 'ਤੇ ਚੜ੍ਹਨ ਦੀਆਂ ਕਲਾਂ 'ਚ ਰਹੋ ਜਿੱਥੇ ਜਾਓ ਫਤਿਹ ਬੁਲਾਓ ਅਤੇ ਖੁਸ਼ ਰਹੋ ਬਾਕੀ ਹੁਣ ਥੋੜ੍ਹੀ ਦੇਰ ਤੁਹਾਨੂੰ ਦੱਸਾਂਗੇ ਕੀ ਰਿਜ਼ਲਟ ਹੈ ਠੀਕ ਹੈ ਸਰ ਇਹ ਤਾਂ ਵਧੀਆ ਗੱਲ ਹੈ ਨਾ ਗੁੜ ਵਰਗੇ ਮਿੱਠੀਆਂ ਮਿੱਠੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਐਕਸਪੈਕਟ ਕੀਤਾ ਸੀਗਾ ਜੇ ਤੀਸਰੇ ਜੱਜ ਹੈਗੇ ਆ ਸ਼ਿਫ ਤੁਸੀਂ ਕੀ ਕਹੋਗੇ ਤੁਸੀਂ ਐਗਰੀ ਕਰਦੇ ਹੋ
मैं एग्री भी करना ते डिसएग्री भी करना है, क्योंकि सब तो पहले विरासत रही सी पंजाब दी कि जिन्हें भी अंब हुंदे सी उन्हां नूं कट के सुखा लिया जांदा सी ते ओह चोइयां यूज कीतियां जांदियां सी खटास देने वास्ते, ते ओह इस चावलां दे विच यूज कीतियां जांदियां सी। ये कोई अज तो मतलब 25-30 साल पहले मैं भी ये डिश काफ़ी खा चुकिया है, मेरे दादी जी भी बनाते सी। एफर्ट बहुत वधिया रही है नो डाउट, पर वो कमियां कुछ ने जिहड़ियां कि मेरे वल्लों थोड़ियां जिहियां निराश कर रही ने मैनू, बाकी ओवरऑल काफ़ी वधिया अटैम्प्ट रही है। मैं पहले शो की शुरुआत में कहा सीगा कि कॉम्पीटिशन बहुत टफ है, हर चीज़ में नोट किया जाएगा, चाहे किसी ने प्रेजेंटेशन से कहना है तो किसी ने स्वाद से तो किसी ने उन्होंने प्रीशन आखिरकार ऐसा की सीगा कि तुसी उसको चुनिया। सो मैं लगता है कि कॉम्पीटिशन बहुत ही टफ है, फिलहाल वेट कर दिया बाकी कंटेस्टेंट्स का भी तो रिजल्ट का भी। तो हम बुलाने अज के साडे सेकंड पार्टिसिपेंट नू, वेलकम जेनी। जेनी का बहुत सारा धुआं जिहड़ा नाल लेके आए ने, जेनी दस दवा कि जेनी दी जिहड़ा पहला राउंड विच फूड लेके आए ने वह पहला भी बहुत ज़्यादा इंप्रेसिव रहा है, तो कंटेस्टेंट्स जिहड़े बाकी ने वो होण या फिर जिन्हें भी लोग इत्थे आए सारे ही बहुत पसंद किया, जजेस नूं बहुत पसंद आया। ਜੈਨੀ ਪਰਦਾ ਬਿਰਿਆਨੀ ਤੋਂ ਪਰਦਾ ਤਾਂ ਉੱਠ ਗਿਆ ਹੈ, ਤੁਸੀਂ ਮੈਨੂੰ ਐਕਸਪਲੇਨ ਕਰੋ, ਤਦ ਤੱਕ ਜੱਜਿਸ ਟੇਸਟ ਕਰਦੇ ਬਾਕੀ ਚੀਜ਼ਾਂ ਦਾ, ਤੁਸੀਂ ਮੈਨੂੰ ਐਕਸਪਲੇਨ ਕਰੋ ਤੁਸੀਂ ਕਿਹਾ ਸੀਗਾ ਕਿ ਫੁਲਕਾਰੀ ਪੁਲਾਓ ਜਿਹੜਾ ਆ ਉਹ ਵੀ ਤੁਹਾਡੇ ਕੋਲ ਆ, ਹੋਰ ਬੜਾ ਕੁਛ ਤੁਹਾਡੀ, ਔਰ ਸਭ ਤੋਂ ਵੱਡੀ ਗੱਲ ਤੁਹਾਡੀ ਪ੍ਰੈਜੈਂਟੇਸ਼ਨ ਬੜੀ ਮੈਨੂੰ ਵਧੀਆ ਲੱਗ ਰਹੀ ਹੈ, ਜੱਜਿਸ ਕੀ ਕਹਿਣਗੇ ਉਹ ਤਾਂ ਆਪਾਂ ਸੁਣਾਂਗੇ, ਤੁਸੀਂ ਐਕਸਪਲੇਨ ਕਰੋ ਕਿ ਇਹਦੇ ਐਗਜੈਕਟਲੀ ਕੀ ਸਾਰਾ ਤੁਸੀਂ ਲੈ ਕੇ ਆ। ਇਹ ਅਨਡਿਵਾਈਡਿਡ ਪੰਜਾਬ ਕੇ ਟਾਈਮ ਦੈਟ ਵਾਜ਼ ਦ ਟਾਈਮ ਇਹ ਪੁਲਾਓ ਬਹੁਤ ਜ਼ਿਆਦਾ ਬਣਾਤੇ ਥੇ, ਸ਼ਾਹੀ ਰਾਜਾ ਮਹਾਰਾਜਾ ਲੋਕ ਬਣਾਤੇ ਥੇ, तो मैंने भी उसी तरीके से इसमें बहुत सारे स्पाइसेस ऐड किए हैं, रिच स्पाइसेस लाइक सैफरन, कसूरी मेथी, इसमें मैंने बहुत सारे कलर्स यूज़ किए हैं एंड ऑब्वियसली कलर इज़ द हार्ट ऑफ फूड। थानू की लगता है कि इन्होंने सब तो ज़्यादा टाइट मार्किंग कौन करता है और सब तो टाइट मार्किंग तो नहीं बोल सकती लेकिन बस कॉन्फिडेंट हूँ, लेट्स सी क्या। अच्छा कि तू सब तो पहला तो सीधा से सकती डॉक्टर आशीष। ओके चलो थोड़ी यह इच्छा तो अभी पूरी कर सकते हैं। सो जजेस तो मैं सब तो पहले थोड़े को आने जेनी दी बनाई हुई सारी डिशेज जो फ्लेवर्स ने वो बारे तुम की खाओ। देखो प्रेजेंटेशन इज फैबुलस, इफ आई वर टू गिव मार्क्स ऑन प्रेजेंटेशन अलोन 10 में से 10 नंबर का। क्या बात है, जे मैं नंबर दे हूँ स्वाद वास्ते कितने ना कितने नंबर में कट चुका जो मैं बैलेंस करना पड़ा। पहली चीज़ तो पंजाब च फ्लेवर च साढ़े ना केवड़े का फ्लेवर कि नहीं होता, केवड़ा पंजाब का देर नो पंजाबीयत तो केवड़ा अवध हो गया, लखनऊ हो गया, पुलाव च पा सकते थोड़े जे जे इन्हें फ्यूजन करके लास्ट रेसिपी की फ्यूजन की है तो मैं मन था। ओवरऑल मेरा इंप्रेशन तुहाडे वास्ते बहुत वधिया है, मैं अरदास करदा वाहेगुरु मुरे जी, विश यू ऑल द बेस्ट, थैंक यू, मे यू इमर्ज विनर सूनर ऑर लेटर, थैंक यू सो मच। ਬਿਲਕੁਲ ਜੀ, ਜਦੋਂ ਆਪਾਂ ਸ਼ੋਅ ਦੀ ਸ਼ੁਰੂਆਤ ਦੇ ਵਿੱਚ ਕਿਹਾ ਸੀ ਐਨਸਾਈਕਲੋਪੀਡੀਆ ਉਹ ਬਿਲਕੁਲ ਗਲਤ ਨਹੀਂ ਸੀਗਾ, ਤੁਹਾਨੂੰ ਪਤਾ ਲੱਗ ਗਿਆ ਹੋਣਾ ਦੇਖਦੇ ਦੇ ਕਿ ਕਿੰਨੀ ਬਾਰੀਕੀ ਦੇ ਨਾਲ ਆਪਾਂ ਤਾਂ ਇੱਕ ਸਪੂਨ ਲੈਂਦੇ ਹਾਂ ਅਤੇ ਗੱਲ ਖਤਮ ਕਰ ਦਿੰਦੇ ਹਾਂ, ਪਰ ਉਹਦੇ ਪਿੱਛੇ ਕੀ ਹਿਸਟਰੀ ਆ, ਕਿੱਥੋਂ ਕਿਹੜੀ ਚੀਜ਼ ਟਰੈਵਲ ਕਰਦੀ ਆ ਉਹ ਸਾਨੂੰ ਇਸ ਸਵਾਦ ਦੇ ਨਾਲ ਨਾਲ ਸਾਰੇ ਸ਼ੋਅ ਦੇ ਵਿੱਚ ਪਤਾ ਲੱਗੂਗਾ। ਔਰ ਹੁਣ ਆਪਾਂ ਚੱਲਦੇ ਸਾਡੇ ਬਾਕੀ ਦੋ ਜੱਜ ਕੋਲ। ਸ਼ੈਫ ਵਾਲੀ ਪਹਿਲਾਂ ਤੁਸੀਂ ਦੱਸੋ ਕਿ ਇਹਨਾਂ ਦੇ ਲਈ ਤੁਹਾਡੇ ਜਿੰਨਾ ਵੀ ਅਸੀਂ ਸਫ਼ਰ ਇਹਨਾਂ ਦੇਖਿਆ ਆ ਹਮੇਸ਼ਾ ਹੀ ਆਊਟਸਟੈਂਡਿੰਗ ਪਰਫੋਰਮੈਂਸਿਸ ਇਹਨਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਫੂਡ ਦੇ ਥਰੂ ਪ੍ਰੈਜੈਂਟੇਸ਼ਨ ਹੋਏ ਫਲੇਵਰ ਹੋਵੇ ਹਮੇਸ਼ਾ ਵਧੀਆ ਹੀ ਮਿਲਦੀਆਂ ਨੇ, ਅੱਜ ਦੇ ਖਾਣੇ ਲਈ ਤੁਸੀਂ ਕੀ ਕਹੋਗੇ? ਡਾਕਟਰ ਆਸ਼ੀਸ਼ ਨੇ ਆਈ ਥਿੰਕ ਆਲਮੋਸਟ ਸਭ ਕੁਝ ਕਵਰ ਕਰ ਦਿੱਤਾ, ਬਟ ਆਈ ਵੁੱਡ ਵਾਂਟ ਟੂ ਸੇ ਕਿ ਜਿਹੜਾ ਤੁਹਾਡਾ ਪਰਦਾ ਪਿਲਾਫ ਹੈ ਮੈਨੂੰ ਕਨਸੈਪਟ ਬਹੁਤ ਵਧੀਆ ਲੱਗਿਆ, ਓਵਰਆਲ ਟੇਸਟ ਦੇ ਵਿੱਚ ਥੋੜ੍ਹੀ ਜਿਹੀ ਕਿਤੇ ਕਮੀ ਵੀ ਹੈਗੀ, ਬਟ ਯੈਸ ਕਨਸੈਪਟ ਹੈਜ਼ ਟੂ ਬੀ ਫੋਲੋ, ਮੇਰੇ ਵੱਲੋਂ ਇਟ ਇਜ਼ ਅ ਗੁੱਡ ਐਂਡ ਡੀਸੈਂਟ ਅਟੈਂਪਟ। ਥੈਂਕ ਯੂ ਸ਼ੈਫਰਾਨਾ। ਅਸੀਂ ਬਹੁਤ ਜ਼ਿਆਦਾ ਪਲੇਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਾਰਸਲੇ ਜਿਹੜਾ ਹੈ ਤੁਸੀਂ ਉਹ ਗਾਰਨਿਸ਼ ਵਾਸਤੇ ਯੂਜ਼ ਕੀਤਾ ਹੈ, ਪਾਰਸਲੇ ਦਾ ਮਤਲਬ ਕਦੀ ਪੰਜਾਬ 'ਚ ਰਿਹਾ ਹੀ ਨਹੀਂ,
ਪਾਰਸਲੇ ਕੰਟੀਨੈਂਟਲ ਹਬ ਹੈ ਸਾਡੇ ਕੋਲ ਧਨੀਆ ਹੁੰਦਾ ਸੀ ਆਪਣਾ ਸੀ ਪਰ ਪਾਰਸਲੇ ਪਲੇਟ ਉਹ ਵੀ ਬਿਰਿਆਨੀ ਦੇ ਉੱਪਰ ਦੇਖਣਾ ਮਤਲਬ ਇੱਕ ਅਜੀਬੋ ਗਰੀਬ ਜਿਹੀ ਚੀਜ਼ ਨਜ਼ਰ ਆ ਜਾਣਾ ਹੈ ਦੂਸਰਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਡਰਾਈ ਫਰੂਟਸ ਯੂਜ਼ ਕੀਤੇ ਗਏ ਨੇ ਬਾਕੀ ਓਵਰਆਲ ਜੋ ਟੇਸਟ ਆ ਰਿਹਾ ਬਹੁਤ ਹੀ ਬੈਲੈਂਸਡ ਹੈ ਪਰ ਉਹ ਜਿਹੜੀ ਥੀਮ ਜਿਵੇਂ ਜਿਵੇਂ ਵਾਰ ਵਾਰ ਗੱਲ ਹੋ ਰਹੀ ਹੈ ਲੋਸਟ ਰੈਸਿਪੀ ਦੀ ਉਸ ਤੋਂ ਥੋੜ੍ਹਾ ਹੱਟ ਕੇ ਗਿਆ ਹੈ ਥੈਂਕ ਯੂ ਜੱਜਸ ਸੋ ਆਪਾਂ ਹਮੇਸ਼ਾ ਕਹੀ ਜਾ ਰਹੇ ਹਾਂ ਇਸ ਗੱਲ ਨੂੰ ਕਿ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਨੌਲੇਜ ਹੋਣਾ ਬਹੁਤ ਜ਼ਰੂਰੀ ਕਿਉਂਕਿ ਆਪਾਂ ਸਿਰਫ ਤੋਂ ਸਿਰਫ ਸਵਾਦ ਨਹੀਂ ਦੇਖ ਰਹੇ ਸੋ ਬੜਾ ਧਿਆਨ ਨਾਲ ਮੈਨੂੰ ਲੱਗਦਾ ਕਿ ਤੁਹਾਨੂੰ ਚੱਲਣਾ ਚਾਹੀਦਾ ਅਗਰ ਅਸੀਂ ਅੱਗੇ ਸਿਲੈਕਟ ਹੋ ਜਾਂਦੇ ਹਾਂ ਤਦ ਤੱਕ ਥੈਂਕ ਯੂ ਸੋ ਮੱਚ ਪਹਿਲੇ ਦੋ ਕੰਟੈਸਟੈਂਟ ਦੀ ਜੱਜਮੈਂਟ ਹੋ ਚੁੱਕੀ ਹੈ ਉਹਨਾਂ ਦੇ ਪਲੇਸ ਵਿੱਚ ਕੀ ਸੀਗਾ ਬਈ ਇਹ ਤਾਂ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਲੇਕਿਨ ਹੁਣ ਵਾਰੀ ਹੈ ਸਾਡੇ ਅੱਜ ਦੇ ਤੀਸਰੇ ਕੰਟੈਸਟੈਂਟ ਦੀ ਸਭ ਤੋਂ ਪਹਿਲਾਂ ਉਹਨਾਂ ਨੂੰ ਸੱਦਾ ਦਿੰਦੇ ਹਾਂ ਆਓ ਇਸ਼ਾਨੀ ਵੈਲਕਮ ਲੋਸਟ ਐਂਡ ਫਾਊਂਡ ਰੈਸਿਪੀ ਇਸ਼ਾਨੀ ਤਾਂ ਕੁਛ ਲਿਖ ਕੇ ਵੀ ਲਿਆਏ ਨੇ ਇਸ਼ਾਨੀ ਇਹ ਪਰਚੀਆਂ ਚੀਟਿੰਗ ਲਈ ਲੈ ਕੇ ਆਇਆ ਹਾਂ ਨਹੀਂ ਨਹੀਂ ਜੀ ਇਹ ਅੱਜ ਦਾ ਮੇਰਾ ਮੈਨਿਊ ਹੈ ਥੋੜਾ ਡਿਫਰੈਂਟ ਸਟਾਈਲ ਵਿੱਚ ਲਿਖਿਆ ਹੈ ਮੈਂ ਇਹ ਪਲੇਟਿੰਗ ਨੂੰ ਲੈ ਕੇ ਜਾਂ ਫਿਰ ਫੂਡ ਨੂੰ ਲੈ ਕੇ ਤੁਸੀਂ ਕੀ ਕਹੋਗੇ ਸਭ ਤੋਂ ਪਹਿਲਾਂ ਮੈਨੂੰ ਦੱਸੋ ਕਿ ਕਿਸ ਤਰ੍ਹਾਂ ਦੀ ਇਹਦੇ 'ਚ ਵਰਾਈਟੀਜ਼ ਆ ਕੀ ਤੁਸੀਂ ਪ੍ਰੈਜੈਂਟ ਕੀਤਾ ਵਰਾਈਟੀ ਵਿੱਚ ਮੋਠ ਦੀ ਦਾਲ ਹੈ ਜਿਹੜੀ ਪਹਿਲਾਂ ਬਹੁਤ ਜ਼ਿਆਦਾ ਬਣਦੀ ਸੀਗੀ ਦੁੱਧ ਵਾਲੇ ਕਰੇਲੇ ਹੈ ਤਾਂ ਇਹ ਗੱਲ ਕਰੀਏ ਤਾਂ ਮੇਰੇ ਦਾਦਾ ਜੀ ਕੋਲੋਂ ਇਹ ਰੈਸਿਪੀ ਆਈ ਹੈ ਇਹਨਾਂ ਨੇ ਇਹ ਪਾਕਿਸਤਾਨ ਤੋਂ ਨੇ ਤਾਂ ਉਦੋਂ ਦੁੱਧ ਵਿੱਚ ਕਰੇਲੇ ਬਣਾਉਂਦੇ ਸੀਗੇ ਮੇਰੇ ਲਈ ਕਾਫੀ ਨਈ ਚੀਜ਼ ਸੀਗੀ ਇਹ ਦੇਖਦੇ ਹੀ ਕਿਉਂਕਿ ਅੱਜ ਤੱਕ ਮੈਂ ਸੁਣਿਆ ਨਹੀਂ ਸੀ ਕਿ ਦੁੱਧ ਵਿੱਚ ਕਰੇਲੇ ਬਣਦੇ ਨਵੀਂ ਚੀਜ਼ ਹੀ ਹੈ ਅਤੇ ਉਹ ਉੱਥੋਂ ਆਏ ਤਾਂ ਇੱਕ ਗੰਡੇ ਜਾਂ ਵਸਲ ਕਹਿ ਲਓ ਪਾਕਿਸਤਾਨ ਵਿੱਚ ਵਸਲ ਕਹਿੰਦੇ ਆ ਵਸਲ ਦਾ ਜਾਂ ਗੰਡੇ ਦਾ ਅਚਾਰ ਬਣਾਇਆ ਅਤੇ ਨਾਲ ਹਲਵਾ ਜਿਹੜਾ ਹੈਗਾ ਉਹ ਤਾਂ ਪੰਜਾਬ ਦਾ ਕੜਾਹ ਤਾਂ ਸਭ ਨੂੰ ਪਤਾ ਹੀ ਹੈ ਉਹਦੀ ਮੈਂ ਅੱਜ ਇੱਕ ਰੋਟੀ ਵੀ ਬਣਾਈ ਹੈ ਨਿੰਬੂ ਦੇ ਅਚਾਰ ਦੇ ਨਾਲ ਅਤੇ ਸਭ ਤੋਂ ਜਿਹੜੀ ਮੈਂ ਚੱਕੀ ਸੀ ਕਨਫਰਮ ਕਰਨ ਲਈ ਕਿ ਐਕਚੁਅਲੀ ਤੁਸੀਂ ਉਹੀ ਲਫ਼ਜ਼ ਬੋਲਿਆ ਸੀ ਕਿ ਨਹੀਂ ਆਹ ਤੁਸੀਂ ਲਿਖਿਆ ਡੋਲੀ ਵਾਲੀ ਰੋਟੀ ਦਾ ਸਵਾਦ ਵਾਟ ਇਜ਼ ਦਿਸ ਇਹ ਕੀ ਆ ਬੜਾ ਇੰਟਰਸਟਿੰਗ ਜਿਹੀ ਚੀਜ਼ ਆ ਇਹ ਡੋਲੀ ਉਹੀ ਡੋਲੀ ਜਿਹੜੀ ਵਿਆਹ 'ਚ ਜਾਂਦੀ ਆ ਬਿਲਕੁਲ ਇਹ ਉਹੀ ਡੋਲੀ ਹੈ ਅਤੇ ਜਿਹੜੇ ਲੋਕ ਇਹਨੂੰ ਲੈ ਕੇ ਜਾਂਦੇ ਸੀਗੇ ਇੱਕ ਪਿੰਡ ਤੋਂ ਦੂਜੇ ਪਿੰਡ ਜਦੋਂ ਤਾਂ ਇਹ ਰੋਟੀ ਉਹਨਾਂ ਲਈ ਬਣਦੀ ਸੀਗੀ ਸਪੈਸ਼ਲੀ ਕਿਉਂਕਿ ਉਹਨਾਂ ਨੇ ਨਾ ਕੰਮ ਕਰਨਾ ਹੁੰਦਾ ਸੀ ਪਾਰ ਚੁੱਕਣਾ ਹੁੰਦਾ ਸੀ ਅਤੇ ਉਹਨਾਂ ਲਈ ਹੁੰਦੀ ਸੀ ਤਾਂ ਕਿ ਉਹਨਾਂ ਦਾ ਕਾਫੀ ਫੀਲਿੰਗ ਰਹੇ ਮਤਲਬ ਐਨਰਜੀ ਹੁੰਦੀ ਹੈ ਪੂਰੀ ਵੀ ਤੁਸੀਂ ਜਿਵੇਂ ਆਪਾਂ ਕਹਿ ਸਕਦੇ ਕਿ ਤੁਸੀਂ ਇਹਨੂੰ ਨਾਲ ਰੱਖ ਲਓ ਨਾ ਖਰਾਬ ਹੁੰਦੀ ਹੈ ਸੋ ਇਹ ਲੋਸਟ ਐਂਡ ਫਾਊਂਡ ਰੈਸਿਪੀ ਦੇ ਵਿੱਚ ਤੁਸੀਂ ਰੱਖਿਆ ਜਦੋਂ ਇਹ ਡੋਲੀ ਵਾਲੀ ਰੋਟੀ ਉਹਨਾਂ ਲਈ ਬਣੀ ਤਾਂ ਇਹਦਾ ਨਾਂ ਹੀ ਡੋਲੀ ਵਾਲੀ ਰੋਟੀ ਪੈ ਗਿਆ ਸੋ ਮੈਨੂੰ ਲੱਗਦਾ ਕਿ ਜੱਜਸ ਥਾਲੀ ਨੂੰ ਟੇਸਟ ਤਾਂ ਕਰ ਚੁੱਕੇ ਨੇ ਪੂਰਾ ਜਿਹੜਾ ਤੁਹਾਡਾ ਫੂਡ ਹੈ ਉਹਨੂੰ ਟੇਸਟ ਤਾਂ ਕਰ ਚੁੱਕੇ ਨੇ ਸੋ ਇੱਕ ਵਾਰ ਜੱਜਸ ਨੂੰ ਪੁੱਛਦੇ ਹਾਂ ਜੱਜਸ ਡਨ ਅਤੇ ਹੁਣ ਪਤਾ ਕਰਦੇ ਹਾਂ ਆਪਾਂ ਇੱਕ ਇੱਕ ਕਰਕੇ ਸਾਰਿਆਂ ਕਿਉਂਕਿ ਤੁਹਾਡੀ ਡੋਲੀ ਵਾਲੀ ਰੋਟੀ 'ਚ ਐਕਚੁਅਲੀ ਤੁਹਾਡੀ ਵਧਾਈ ਹੋਣੀ ਅੱਜ ਕਿ ਤੁਸੀਂ ਰਹਿਣਾ ਇਹ ਵੀ ਪਤਾ ਲੱਗੂਗਾ ਸਭ ਤੋਂ ਪਹਿਲਾਂ ਆਪਾਂ ਸ਼ੈਫ ਰਾਣਾ ਕੋਲ ਪੁੱਛਦੇ ਹਾਂ ਸ਼ੈਫ ਰਾਣਾ ਤੁਸੀਂ ਦੱਸੋ ਜਿਹੜਾ ਕੌਨਸੈਪਟ ਹੈ ਬਹੁਤ ਵਧੀਆ ਹੈ ਜੋ ਸੋਚਣ ਦੀ ਕੋਸ਼ਿਸ਼ ਕੀਤੀ ਹੈ ਜਾਂ ਰਿਸਰਚ ਕੀਤੀ ਗਈ ਹੈ ਉਹ ਕਾਬਲੇ ਤਾਰੀਫ ਹੈ ਕਿ ਪੁੱਛਿਆ ਗਿਆ ਜਾਂ ਪੁਰਾਣਾ ਜਿਵੇਂ ਕਿ ਦੁੱਧ ਵਾਲੇ ਕਰੇਲੇ ਹੈ ਦੁੱਧ ਵਾਲੇ ਕਰੇਲੇ ਨੋ ਡਾਊਟ ਕਿ ਇੱਕ ਅੱਜ ਦੇ ਟਾਈਮ 'ਤੇ ਨਹੀਂ ਬਣਾਏ ਜਾ ਰਹੇ ਪਰ ਇਹ ਵੀ ਨਹੀਂ ਹੈ ਕਿ ਇਹਦੇ ਬਾਰੇ ਸੁਣਿਆ ਨਹੀਂ ਗਿਆ ਅਤੇ ਬਾਕੀ ਜਿਹੜੀ ਰੋਟ ਦੀ ਗੱਲ ਕੀਤੀ ਹੈ ਜੋ ਤੁਸੀਂ ਨਿੰਬੂ ਦੇ ਚਾਰ ਦੇ ਨਾਲ ਸਰਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੇਸਿਕਲੀ ਇਹ ਸੇਮ ਰੋਟ ਹੈ ਜਿਹੜਾ ਕਿ ਪ੍ਰਸ਼ਾਦ ਦੇ ਰੂਪ 'ਚ ਵੀ ਬਣਾਇਆ ਜਾਂਦਾ ਹੈ ਸੌਂਫ ਪਾ ਕੇ ਮਿੱਠਾ ਰੋਟ ਅਤੇ ਉਹਨੂੰ ਇੱਕ ਮਿੱਠੇ ਨੂੰ ਨਮਕੀਨ ਦੇ ਨਾਲ ਦੇਣ ਦਾ ਮਤਲਬ ਇੱਕ ਕੌਨਸੈਪਟ ਸਮਝ ਨਹੀਂ ਲੱਗਿਆ ਮੈਨੂੰ ਸ਼ੇਫ ਜਿੱਦਾਂ ਅਸੀਂ ਪੰਜਾਬੀਆਂ ਵਿੱਚ ਮਿੱਠੀ ਮੱਠੀ ਗਰਮ ਕਰਕੇ ਆਮ ਦੇ ਅਚਾਰ ਨਾਲ ਖਾਂਦੇ ਹਾਂ ਤਾਂ ਉਹ ਚੰਗੀ ਲੱਗਦੀ ਹੈ ਖੱਟੀ ਮਿੱਠੀ ਖਾਂਦੇ ਹਾਂ ਅਸੀਂ ਮਿੱਠੀ ਮੱਠੀ ਨਹੀਂ ਖਾਂਦੇ ਅਚਾਰ ਦੇ ਨਾਲ ਅਤੇ ਪਰ ਮਿੱਠੀ ਮੱਠੀ ਦੇ ਨਾਲ ਨਮਕੀ ਉਹ ਵੀ ਅਚਾਰ ਦੇਣਾ ਇਹ ਕੌਨਸੈਪਟ ਚਲੋ ਅਲੱਗ ਹੈ ਐਫਰਟਸ ਬਹੁਤ ਵਧੀਆ ਨੇ ਕਿ ਸੋਚਿਆ ਜਾਂ ਕੌਨਸੈਪਟ ਜੋ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਪਰ ਟੇਸਟ ਵਾਈਜ਼ ਕਿਤੇ ਨਾ ਕਿਤੇ ਕਮੀਆਂ ਰਹਿ ਗਈਆਂ ਸ਼ੈਫ ਨਾਲ ਤਾਂ ਐਕਸਪਲੇਨ ਕਰ ਚੁੱਕੇ ਇਹਨਾਂ ਨਾਲ ਤੁਹਾਡੀ ਥਾਲੀ ਜਿਹੜੀ ਪੂਰੀ ਪਲੇਟ ਆ ਉਹ ਕਿਸ ਤਰ੍ਹਾਂ ਦੀ ਲੱਗੀ ਹੈ ਹੁਣ ਆਪਾਂ ਪੁੱਛਦੇ ਹਾਂ ਡਾਕਟਰ ਮੈਂ ਸ਼ੈਫ ਰਾਣਾ ਨਾਲ ਥੋੜ੍ਹਾ ਜਿਹਾ ਡਿਫਰ ਕਰਦਾ ਓਕੇ ਤੁਹਾਡਾ ਜਿਹੜਾ ਦੋਧੀ ਕਰੇਲਾ ਇਜ਼ ਔਸਮ ਬੈਲੈਂਸ ਹੈ ਖੋਇਆ ਟਾਈਪ ਫਲੇਵਰ ਹੈ ਤੁਸੀਂ ਮੈਨੂੰ ਐਂ ਲੱਗਦਾ ਕਿ ਦੁੱਧ ਨੂੰ ਕਾੜ ਕੇ ਕਰੇਲੇ ਉਹਦੇ 'ਚ ਬਣਾਇਆ ਕੌੜ ਵੀ ਉੱਨੀ ਹੈ ਜਿੰਨਾ ਕਰੇਲੇ ਦਾ ਫਲੇਵਰ ਆਉਣਾ ਚਾਹੀਦਾ ਹੈ ਬਹੁਤ ਵਧੀਆ ਤਰੀਕੇ ਨਾਲ ਬੈਲੈਂਸ ਹੋਇਆ ਹੈ ਜਿਹੜਾ ਰੋਟੀ ਹੈ ਰੋਟਲੇ ਨੂੰ ਕੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਅਚਾਰ ਨਾਲ ਮੇਰੀ ਓਪੀਨੀਅਨ ਇਹ ਹੈ ਕਿ ਅਚਾਰ ਦਾ ਅਚਾਰ ਹੁੰਦਾ ਇਸ ਕਰਕੇ ਮੇਰੇ ਹਿਸਾਬ ਨਾਲ ਇਹ ਸਭ ਠੀਕ ਹੈ ਆਈ ਵਿਲ ਡਿਸਪਿਊਟ ਵਟ ਸ਼ੈਫ ਰਾਣਾ ਸੇਜ਼ ਬਾਕੀ ਚੀਜ਼ਾਂ ਠੀਕ ਨੇ ਵਿਚ ਆਲ ਦੀ ਬੈਸਟ ਥੈਂਕ ਯੂ ਸ਼ੈਫ ਹੁਣ ਅੱਗੇ ਗੱਲ ਕਰਦੇ ਹਾਂ ਸ਼ੈਫ ਬਾਲੀ ਇੱਕ ਨੇ ਕਿਹਾ ਕਿ ਉਹ ਐਗਰੀ ਕਰਦੇ ਨੇ ਇੱਕ ਨੇ ਕਿਹਾ ਕਿ ਉਹ ਡਿਸਐਗਰੀ ਕਰਦੇ ਨੇ
ਹੁਣ ਕੁੜੀ ਦਾ ਐਕਚੁਅਲੀ ਹੁਣ ਕਿਹਾ ਜਾ ਸਕਦਾ ਕਿ ਹੁਣ ਬੜਾ ਤੁਹਾਡੇ ਹੱਥ 'ਚ ਬੜਾ ਕਿ ਤੁਸੀਂ ਇੱਕ ਜਿਹੜੇ ਕਮੈਂਟ ਕਰੋਗੇ ਉਹਦੇ ਨਾਲ ਬੰਦੇ ਨੂੰ ਬੜੀ ਤਰਾਸਨਾ ਹੋ ਜਾਂਦੀ ਹੈ ਸੋ ਤੁਸੀਂ ਕਿਹਦੇ ਨਾਲ ਐਗਰੀ ਕਰਦੇ ਹੋ ਅਤੇ ਕਿਹਦੇ ਨਾਲ ਡਿਸਐਗਰੀ ਕਰਦੇ ਹੋ ਜੇ ਗੱਲ ਕੀਤੀ ਜਾਵੇ ਕਰੇਲੇ ਦੀ ਤਾਂ ਮੈਂ ਐਗਰੀ ਕਰਦਾ ਡਾਕਟਰ ਆਸ਼ੀਸ਼ ਨਾਲ ਕਰੇਲੇ ਆਰ ਵੈਰੀ ਗੁੱਡ ਮੈਨੂੰ ਜਿੰਨਾ ਕੁ ਬੈਲੈਂਸ ਫੇਵਰ ਵਿੱਚ ਹੋਣਾ ਚਾਹੀਦਾ ਮੇਰੇ ਸਭ ਨੂੰ ਪਰਫੈਕਟ ਹੈ ਰਹਿਗੀ ਜਿਹੜੀ ਤੁਹਾਡੀ ਡੋਲੀ ਵਾਲੀ ਰੋਟੀ ਹੈ ਤਾਂ ਉਹਦੇ ਵਿੱਚ ਥੋੜ੍ਹੀ ਜਿਹੀ ਸਟੱਫਿੰਗ ਬਹੁਤ ਬੈਟਰ ਹੋ ਸਕਦੀ ਜਿਹੜੀ ਸਟੱਫਿੰਗ ਉਹ ਪ੍ਰੋਪਰ ਨਹੀਂ ਹੈ ਉਹਦੇ ਵਿੱਚ ਤੁਸੀਂ ਦੇਖੋ ਇਜ਼ ਅ ਵੈਰੀ ਲੈਸ ਸਟੱਫਿੰਗ ਅਤੇ ਉਹਦੇ ਵਿੱਚ ਮੇਰੇ ਤੋਂ ਥੋੜ੍ਹੇ ਜਿਹੇ ਡਾਊਨ ਨੰਬਰ ਮੈਂ ਦਊਂਗਾ ਉਹਨੂੰ ਦਾਲ ਇਜ਼ ਵੈਰੀ ਗੁੱਡ ਜਿਹੜਾ ਤੁਸੀਂ ਪਿਆਜ਼ ਵਾਲਾ ਅਟੈਂਪਟ ਕੀਤਾ ਦੈਟ ਇਜ਼ ਆਲਸੋ ਨਾਈਸ ਅਤੇ ਜਿੱਦਾਂ ਡਾਕਟਰ ਆਸ਼ੀਸ਼ ਨੇ ਕਿਹਾ ਮੈਂ ਇਹੀ ਬਿਲੀਵ ਕਰਦਾ ਕਿ ਜਿੱਦਾਂ ਮਿਕਸ ਆਫ ਫਲੇਵਰਸ ਆਉਣੇ ਬਹੁਤ ਜ਼ਰੂਰੀ ਹੈ ਤੁਹਾਡੀ ਸਵੀਟ ਰੋਟੀ ਦੇ ਨਾਲ ਜਿੱਦਾਂ ਨਿੰਬੂ ਦਾ ਤੁਸੀਂ ਅਚਾਰ ਦੇ ਰਹੇ ਐਟ ਇਜ਼ ਆਈ ਥਿੰਕ ਦੈਟਸ ਅ ਗੁੱਡ ਕੰਬੀਨੇਸ਼ਨ ਸੋ ਓਵਰਆਲ ਆਲ ਦਾ ਬੈਸਟ ਥੈਂਕ ਯੂ ਲੈਟਸ ਸੀ ਥੈਂਕ ਯੂ ਜੱਜਿਸ ਤੁਹਾਡਾ ਦਹੀਂ ਰਿਜੈਕਟ ਹੋ ਗਿਆ ਹੈ ਤੁਹਾਡਾ ਜਿਹੜਾ ਤੁਸੀਂ ਡਰਿੰਕ ਲੈ ਕੇ ਆਏ ਸੀਗੇ ਇੱਕ ਤਰੀਕ ਮਗਰ ਸਾਫ਼ ਸਾਫ਼ ਕਿਹਾ ਜਾਏ ਤਾਂ ਉਹ ਬਹੁਤ ਫਲੈਟ ਸੀਗਾ ਪਸੰਦ ਨਹੀਂ ਆਇਆ ਔਰ ਡੋਲੀ ਵਾਲੀ ਰੋਟੀ ਦਾ ਬੜਾ ਮਤਲਬ ਮੈਨੂੰ ਲੱਗਦਾ 50-50 ਪਤਾ ਨਹੀਂ ਵਿਦਾਈ ਹੋਣੀ ਹੈ ਨਹੀਂ ਹੋਣੀ ਹੈ ਤੁਹਾਨੂੰ ਵੇਟ ਕਰਨਾ ਪਏਗਾ ਔਰ ਇਹਦੇ ਨਾਲ ਬਸ ਆਲ ਦਾ ਬੈਸਟ ਹੌਸਲਾ ਰੱਖਣਾ ਕਿਉਂਕਿ ਥੋੜ੍ਹਾ ਜਿਹਾ ਟਾਈਮ ਹੀ ਰਹਿ ਗਿਆ ਐਂਡ ਯੂ ਵਿਲ ਗੈਟ ਦ ਨੋ ਕਿ ਵੀ ਆਪਣੇ ਰਿਜ਼ਲਟਸ ਕੀ ਨੇ ਅਤੇ ਹੁਣ ਸੱਦਾ ਦਿੰਦੇ ਹਾਂ ਅੱਜ ਦੇ ਆਪਣੇ ਆਖਰੀ ਕੰਟੈਸਟੈਂਟ ਦਾ ਮੈਂ ਬੁਲਾਉਂਦੀ ਹਾਂ ਕਾਸ਼ਿਸ਼ ਜੀ ਨੂੰ ਵੈਲਕਮ ਕਾਸ਼ਿਸ਼ ਜੀ ਆਹਾ ਮਿੱਟੀ ਦੀ ਪੂਰੀ ਥਾਲੀ ਜਿਹਨੂੰ ਲੈ ਕਹਿੰਦੇ ਹਾਂ ਆਪਾਂ ਥਾਲ ਗਲਾਸ ਕੌਲੀਆਂ ਸਾਰਾ ਕੁਛ ਆਇਆ ਲੋਸਟ ਐਂਡ ਫਾਊਂਡ ਦੇ ਵਿੱਚ ਮੈਨੂੰ ਮਤਲਬ ਥਾਲ ਤਾਂ ਪਹਿਲਾਂ ਮਿਲ ਗਿਆ ਸਵਾਦ ਵੀ ਉਹਨਾਂ ਕੋਲ ਆਪਾਂ ਪਤਾ ਕਰਾਂਗੇ ਖਾਣਾ ਕਿੱਦਾਂ ਦਾ ਇਹਦੇ ਲਈ ਸਾਡੇ ਜੱਜਿਸ ਸਾਨੂੰ ਦੱਸਣਗੇ ਤੁਸੀਂ ਪਹਿਲਾਂ ਦੱਸੋ ਕਿ ਇਹਦੇ ਵਿੱਚ ਕੀ ਤੁਸੀਂ ਲੈ ਕੇ ਆਏ ਹੋ ਦੋ ਗਲਾਸ ਤੁਸੀਂ ਰੱਖੇ ਨੇ ਮਿੱਟੀ ਦੇ ਗਲਾਸ ਨੇ ਔਰ ਬੜਾ ਕੁਛ ਹੋਰ ਮੈਨੂੰ ਲੱਗ ਰਿਹਾ ਬੜਾ ਨੀਟ ਜਿਹਾ ਆਖਿਰਕਾਰ ਹੈ ਕੀ ਹੈ ਮੈਂ ਇੱਕ ਚਾਟੀ ਲੱਸੀ ਬਣਾਈ ਹੈ ਇੱਕ ਮੈਂ ਮਲਾਂਜੀ ਬਣਾਈ ਹੈ ਵੈਸੇ ਤਾਂ ਪਹਿਲਾਂ ਲੋਕ ਇਹਨੂੰ ਅੰਬੀ ਨੂੰ ਨਾ ਉਹਦੇ ਵਿੱਚ ਤੰਦੂਰ 'ਚ ਹੀ ਸੁੱਟ ਦਿੰਦੇ ਸੀ ਆਪਣੇ ਚੁੱਲ੍ਹੇ 'ਚ ਹੀ ਸੁੱਟ ਦਿੰਦੇ ਸੀ ਉਹਦੇ 'ਚੋਂ ਪੱਕ ਜਾਂਦੀ ਸੀ ਫਿਰ ਉਹਨੂੰ ਪੀਲ ਆਫ ਕਰਕੇ ਉਹਨਾਂ ਉਤਾਰ ਕੇ ਫਿਰ ਉਹਦੇ ਨਾਲ ਬਣਾਉਂਦੇ ਸੀ ਪਰ ਹੁਣ ਚੁੱਲ੍ਹੇ ਤਾਂ ਹੁਣ ਕਿੱਥੇ ਆ ਅਤੇ ਫਿਰ ਮੈਂ ਬੋਇਲ ਕਰਕੇ ਹੀ ਬਣਾਈ ਹੈ ਵੈਸੇ ਤਾਂ ਅਸਲੀ ਜਿਹੜਾ ਵੈ ਸਵਾਦ ਉਹ ਚੁੱਲ੍ਹੇ 'ਚ ਹੀ ਹੈ ਯੂ ਐਸ ਪੀ ਦੀ ਗੱਲ ਕੀਤੀ ਜਾਵੇ ਤਾਂ ਕੀ ਯੂ ਐਸ ਪੀ ਤੁਸੀਂ ਮੰਨੋਗੇ ਤੁਹਾਡੀ ਪਲੇਟ ਦੀ ਜਿਹੜੀ ਕਿ ਅੱਜ ਸਾਰੇ ਜਣੇ ਕੜੀ ਨੂੰ ਲੈ ਕੇ ਬੇਸਣ ਦੀ ਉਹ ਕੜੀ ਦਾ ਇਸਤੇਮਾਲ ਕਰਦੇ ਆ ਅਤੇ ਇਹਦੇ ਵਿੱਚ ਆਪਾਂ ਪਿਓਰ ਮਤਲਬ ਇੱਕ ਤਰ੍ਹਾਂ ਪਿਓਰ ਹੀ ਚੀਜ਼ ਹੋ ਗਈ ਨਾ ਜਦ ਆਪਾਂ ਇਹਦੇ 'ਚ ਛੋਲੀਆ ਬੀਟ ਕਰਕੇ ਇਹਦੇ ਨਾਲ ਕੀਤਾ ਤਾਂ ਤੁਹਾਡੀ ਜਿਹੜੀ ਲੋਸਟ ਐਂਡ ਫਾਊਂਡ ਵਿੱਚ ਸਾਡਾ ਜਿਹੜਾ ਬੇਸਿਕ ਕੋਨਸੈਪਟ ਆ ਉਹ ਹੈ ਹੈਲਥ ਦਾ ਕਿ ਹੈਲਦੀ ਫੂਡ ਜਿਹੜਾ ਹੈ ਉਹਨੂੰ ਪ੍ਰੈਫਰੈਂਸ ਮਿਲੇ ਚਲੋ ਵੇਖਦੇ ਹਾਂ ਕਿ ਆਪਣੇ ਜੱਜਸ ਕੀ ਕਹਿੰਦੇ ਨੇ ਚਲੋ ਜੀ ਫਿਰ ਆਪਾਂ ਜੱਜਸ ਕੋਲ ਪਹੁੰਚਦੇ ਹਾਂ ਜੱਜਸ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਦੇ ਹਾਂ ਡਾਕਟਰ ਆਸ਼ੀਸ਼ ਤੁਸੀਂ ਦੱਸੋ ਕਸ਼ਿਸ਼ ਜੀ ਦੇ ਫੂਡ ਦੇ ਵਿੱਚ ਕਸ਼ਿਸ਼ ਸੀਗੀ ਕਿ ਫੂਡ 'ਚ ਨਾ ਕਸ਼ਿਸ਼ ਤੋਂ ਇਲਾਵਾ ਕੋਸ਼ਿਸ਼ ਵੀ ਸੀ ਅਤੇ ਮੇਰੇ ਹਿਸਾਬ ਨਾਲ ਮੈਂ ਕਿਤੇ ਗਲਤੀ ਨਹੀਂ ਕਰਦਾ ਮਸਾਲਿਆਂ ਦਾ ਫਲੇਵਰ ਬਲੈਂਡਡ ਹੈ ਲੂਣ ਦਾ ਫਲੇਵਰ ਬਲੈਂਡਡ ਹੈ ਫਲੇਵਰ ਦਾ ਹਰ ਚੀਜ਼ ਦਾ ਫਲੇਵਰ ਬਿਲਕੁਲ ਬੈਲੈਂਸਡ ਐਂਡ ਆਈ ਥਿੰਕ ਯੂ ਡਨ ਵਿਸ਼ ਯੂ ਆਲ ਦ ਬੈਸਟ ਥੈਂਕ ਯੂ ਜੀ ਚਲੋ ਸ਼ੇਫ ਰਾਣਾ ਜੀ ਤੁਸੀਂ ਦੱਸੋ ਜਲਦੀ ਇਹ ਹੈ ਕਿ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਜਿਵੇਂ ਡਾਕਟਰ ਆਸ਼ੀਸ਼ ਚੋਪੜਾ ਨੇ ਕਿਹਾ ਕਿ ਬਾਕੀ ਬੈਲੈਂਸ ਹਾਂ ਬਹੁਤ ਵਧੀਆ ਬੈਲੈਂਸ ਨੇ ਸਾਰੀਆਂ ਚੀਜ਼ਾਂ 'ਤੇ ਪਰ ਕੀ ਤੁਸੀਂ ਇਹਨਾਂ ਡਿਸ਼ਿਜ਼ ਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਕੀ ਸਟੋਰੀਆਂ ਨੇ ਇਹਨਾਂ ਡਿਸ਼ਿਜ਼ ਦੀਆਂ ਕਹਿੰਦੇ ਸੀਗੇ ਕਿ ਪਹਿਲੇ ਜ਼ਮਾਨੇ 'ਚ ਨਾ ਕਿ ਸਾਰੇ ਜਣੇ ਕੰਮ ਕਰਨ ਚਲ ਜਾਂਦੇ ਸੀ ਅਤੇ ਉਹਨਾਂ ਨੂੰ ਹੁੰਦਾ ਸੀਗਾ ਕਿ ਇੱਕ ਚੁੱਲ੍ਹੇ 'ਤੇ ਚੀਜ਼ ਰੱਖ ਦਿਉ ਅਤੇ ਪੱਕੀ ਜਾਏ ਅਤੇ ਇਸ ਤਰ੍ਹਾਂ ਹੀ ਇਹ ਸਬਜ਼ੀ ਜਿਹੜੀ ਮੈਂ ਬਣਾਈ ਹੈ ਸੱਤ ਸਾਗਾ ਉਹ ਸਾਰੀਆਂ ਸਬਜ਼ੀਆਂ ਇੱਕੋ ਵਾਰੀ ਇਕੱਠੀਆਂ ਕਰਕੇ ਮਤਲਬ ਉਹਨੂੰ ਮੋਟੀਆਂ ਮੋਟੀਆਂ ਕੱਟ ਕੇ ਅਤੇ ਉਹ ਆਪਣੇ ਚੁੱਲ੍ਹੇ 'ਤੇ ਰੱਖ ਕੇ ਪਾਣੀ ਪਾ ਕੇ 3-4 ਘੰਟੇ ਲਈ ਚਾਰ ਤੋਂ ਵੀ ਜ਼ਿਆਦਾ ਘੰਟੇ ਲੱਗਦੇ ਹੋਣਗੇ ਕਿਉਂਕਿ ਉਹਨੂੰ ਪੱਕਣ ਲਈ ਜਿਹੜੀ ਕੜੀ ਹੈ ਮੇਰੇ ਹਿਸਾਬ ਨਾਲ ਬੇਸਣ ਦਾ ਨਹੀਂ ਹੋਣਾ ਅਤੇ ਉਹਨਾਂ ਨੇ ਛੋਲੀਏ ਨੂੰ ਲੈ ਕੇ ਇਸ ਚੀਜ਼ ਨੂੰ ਕੜੀ ਨਾਲ ਕੀਤਾ ਹੋਣਾ ਸ਼ੈਫ ਰਾਣਾ ਤੁਸੀਂ ਉਹਨਾਂ ਦੇ ਆਨਸਰ ਨਾਲ ਸੈਟੀਸਫਾਈਡ ਹੋ ਬਿਲਕੁਲ ਸੈਟੀਸਫਾਈ ਹੈ ਕਿਉਂਕਿ ਜਿਹੜੀ ਬਾਜਰੇ ਦੀ ਰੋਟੀ ਸੀ ਮਾਲਵੇ ਰੀਜਨ ਦੇ ਅੰਦਰ ਪੰਜਾਬ ਦੇ ਅੰਦਰ ਬਹੁਤ ਹੀ ਪਾਪੂਲਰ ਰਹੀ ਹੈ ਉਹ ਚਾਹੇ ਬਾਜਰੇ ਮੂਲੀ ਦੀ ਰੋਟੀ ਹੋਵੇ ਚਾਹੇ ਉਹ ਬਾਜਰੇ ਮੇਥੀ ਦੀ ਰੋਟੀ ਹੋਵੇ ਚਾਹੇ ਉਹ ਬਾਜਰੇ ਪੁਦੀਨੇ ਦੀ ਰੋਟੀ ਹੋਵੇ ਅਤੇ ਬਾਜਰੇ ਧਨੀਏ ਦੀ ਰੋਟੀ ਹੋਵੇ ਬਹੁਤ ਸਾਰੀਆਂ ਬਾਜਰੇ ਦੀਆਂ ਰੋਟੀਆਂ ਉੱਥੇ ਫੇਮਸ ਰਹੀਆਂ ਇਹ ਕਾਫੀ ਟਾਈਮ ਉੱਥੇ ਰਾਜਪੂਤਾਂ ਨੇ ਰਾਜ ਕੀਤਾ ਹੈ ਅਤੇ ਉਸ ਟਾਈਮ ਇਹ ਕਾਫੀ ਲਾਈਮਲਾਈਟ 'ਚ ਰਿਹਾ ਕਿ ਬਾਜਰੇ ਦਾ ਜਿਹੜਾ ਉਹਦੀ ਯੂਜੇਜ ਰਹੀ ਹੈ ਕਾਫੀ ਜ਼ਿਆਦਾ ਜਿਹੜੀ ਸਬਜ਼ੀ ਹੈ ਬਹੁਤ ਵਧੀਆ ਬਣੀ ਹੋਈ ਹੈ ਜਿਹੜੀ ਲੌਂਜੀ ਹੈ ਉਹ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ ਉੱਥੇ ਚਾਰ ਚਾਰ ਨਹੀਂ ਲੱਗੇ ਪਰ ਇੱਥੇ ਲੱਗ ਗਿਆ ਚਲੋ ਹੁਣ ਆਪਾਂ ਪਹੁੰਚਦੇ ਹਾਂ ਸ਼ੈਫ ਬਾਲੀ ਜੀ ਕੋਲ ਆਈ ਵੁੱਡ ਲਾਈਕ ਟੂ ਕੰਪਲੀਮੈਂਟ ਬਲਾਂਜੀ ਐਕਸੀਲੈਂਟ ਹੈ ਬਹੁਤ ਹੀ ਜ਼ਿਆਦਾ ਟੇਸਟੀ ਹੈ ਚਟਨੀ ਦੇ ਵਿੱਚ ਵੀ ਪੂਰਾ ਫਲੇਵਰ ਆ ਰਿਹਾ ਐਂਡ ਈਵਨ ਜਿਹੜੇ ਤੁਸੀਂ ਛੋਲੀਆ ਕੀਤਾ ਉਹ ਵੀ ਬਹੁਤ ਐਕਸੀਲੈਂਟ ਹੋਇਆ ਠੀਕ ਹੈ ਜੀ ਮੈਂ ਇਹਦੇ ਵਿੱਚ ਨਮਕ ਔਰ ਕਾਲੀ ਮਿਰਚ ਦਾ ਹੀ ਥੋੜ੍ਹਾ ਜਿਹਾ ਫਲੇਵਰ ਦਿੱਤਾ ਸੀਗਾ
ਅਤੇ ਪਰ ਥੋੜ੍ਹਾ ਜਿਹਾ ਮੈਂ ਸਮੋਕੀ ਜ਼ਰੂਰ ਕੀਤਾ, ਉਹਦੇ ਵਿੱਚ ਮੈਂ ਥੋੜ੍ਹਾ ਲੌਂਗ ਪਾਤਾ ਸੀ, ਸ਼ਾਇਦ ਉਹਦੇ ਕਰਕੇ ਮਸਾਲਾ ਲੱਗ ਰਿਹਾ, ਨਹੀਂ ਤਾਂ ਮੈਂ ਕੋਈ ਮਸਾਲਾ ਨਹੀਂ ਯੂਜ਼ ਕੀਤਾ। ਆਲ ਦਾ ਬੈਸਟ, ਫਲੇਵਰ ਪੂਰਾ ਹੈ। ਥੈਂਕ ਯੂ ਜੀ। ਥੈਂਕ ਯੂ ਜੱਜਸ। ਸੋ ਅੱਜ ਮੈਨੂੰ ਲੱਗਦਾ ਹੈ ਕਿ ਤੁਹਾਡੀ ਗੱਲਬਾਤ ਬਣੀ ਗਈ ਹੈ, ਬਾਕੀ ਕੀ ਫੈਸਲਾ ਆਉਂਦਾ ਹੈ ਇਹ ਸਾਡੇ ਜੱਜਸ ਦੱਸਣਗੇ। ਬਈ ਹੁਣ ਵੇਲਾ ਆ ਗਿਆ ਹੈ ਅੱਜ ਦੇ ਉਹਨਾਂ ਦੋ ਕੰਟੈਸਟੈਂਟਸ ਨੂੰ ਮਿਲਣ ਦਾ ਜਿਹੜੇ ਸਾਡੇ ਨਾਲ ਅਗਲੇ ਰਾਊਂਡ ਵਿੱਚ ਜਾਣਗੇ, ਅਤੇ ਉਹ ਦੋ ਕੰਟੈਸਟੈਂਟ ਜਿਹੜੇ ਸਾਨੂੰ ਅੱਜ ਅਲਵਿਦਾ ਕਹਿ ਜਾਣਗੇ। ਜੱਜਸ ਦੇ ਰਿਜ਼ਲਟ ਜਿਹੜਾ ਆ ਮੈਨੂੰ ਲੱਗਦਾ ਤਿਆਰ ਕਰ ਲਿਆ ਹੈ, ਔਰ ਉਸ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਅੱਜ ਦੇ ਚਾਰੋਂ ਕੰਟੈਸਟੈਂਟਸ ਨੂੰ ਮੈਂ ਇੱਥੇ ਬੁਲਾ ਲਵਾਂ। ਸੋ ਮੈਂ ਚਾਹੁੰਦੀ ਕਿ ਕਰਕੇ ਸਾਰੇ ਇੱਥੇ ਆਉਣ। ਜੈਨੀ, ਜੀਆ, ਇਸ਼ਾਨੀ ਅਤੇ ਕਸ਼ਿਸ਼, ਨਰਵਸ? ਮੈਂ ਪਹਿਲਾਂ ਤੁਹਾਨੂੰ ਮਾਈਕ ਦਿੰਦੀ ਹਾਂ। ਹੈਲੋ ਜੀ, ਨਰਵਸ ਹੋ? ਇਹ ਸਵਾਲ ਮੈਂ ਸਾਰਿਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਸਾਰੇ ਹਾਂ ਹਾਮੀ ਇਹਦੇ 'ਚ ਜੀ? ਚਲੋ, ਟਾਈਮ ਨਹੀਂ ਵੇਸਟ ਕਰਦੇ ਹਾਂ, ਆਪਾਂ ਜੱਜਸ ਕੋਲ ਚੱਲਦੇ ਹਾਂ ਸਿੱਧਾ ਅਤੇ ਪੁੱਛਦੇ ਹਾਂ। ਜੱਜਸ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਇਸ ਔਖੇ ਜਿਹੀ ਰਿਸਪੋਂਸੀਬਿਲਿਟੀ। ਮੈਨੂੰ ਲੱਗਦਾ ਕਿ ਬੜੀ ਵਧੀਆ ਤਰੀਕੇ ਦੇ ਨਾਲ ਸ਼ੈਫ ਬਾਲੀ ਔਰ ਸ਼ੈਫ ਰਾਣਾ ਜੀ ਤਾਂ ਨਿਭਾਈ ਰਹੇ ਨੇ, ਅਤੇ ਡਾਕਟਰ ਆਸ਼ੀਸ਼ ਤੁਹਾਡਾ ਬਹੁਤ ਬਹੁਤ ਥੈਂਕ ਯੂ ਆ। ਤੁਹਾਨੂੰ ਇਨਸਾਈਕਲੋਪੀਡੀਆ ਅਸੀਂ ਸੁਣਿਆ ਸੀ, ਪਰ ਅੱਜ ਮੈਨੂੰ ਲੱਗਦਾ ਜਿੰਨੇ ਦਰਸ਼ਕ ਘਰ ਬੈਠੇ ਦੇਖ ਰਹੇ ਨੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਬਿਲਕੁਲ ਸਹੀ ਨਾਮ ਜਿਹੜਾ ਆ ਉਹ ਤੁਹਾਨੂੰ ਮਿਲਦਾ ਆ, ਕਿਉਂਕਿ ਤੁਸੀਂ ਬਹੁਤ ਛੋਟੀ ਛੋਟੀ ਚੀਜ਼ਾਂ ਇੱਥੇ ਨੋਟ ਕੀਤੀਆਂ, ਦੱਸੀਆਂ, ਔਰ ਅੱਜ ਜਿਹੜੀ ਜ਼ਿੰਮੇਵਾਰੀ ਆ, ਤੁਸੀਂ ਬਹੁਤ ਦੁਨੀਆ ਦੇ ਪਲੈਟਫਾਰਮਸ ਘੁੰਮੇ ਹੋ, ਮੈਨੂੰ ਲੱਗਦਾ ਕਿ ਅੱਜ ਦੀ ਜ਼ਿੰਮੇਵਾਰੀ ਵੀ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਨਿਭਾਓਗੇ। ਅਤੇ ਸਾਨੂੰ ਦੱਸੋ, ਤਿੰਨੋ ਜੱਜਸ ਨੂੰ ਰਿਕੁਐਸਟ ਆ ਕਿ ਕਿਹੜੇ ਉਹ ਦੋ ਨਾਂ ਨੇ ਜਿਹੜੇ ਅਗਲੇ ਰਾਊਂਡ ਵੱਲ ਜਾਣਗੇ, ਅਤੇ ਕਿਹੜੇ ਦੋ ਨਾਂ ਨੇ ਜਿਹੜੇ ਘਰ ਮੁੜ ਜਾਣਗੇ? ਮੇਰੀ ਐਨਾਲਿਸਿਸ ਫੂਡ ਰਿਸਰਚ, 30 ਸਾਲ ਦੀ ਫੂਡ ਰਿਸਰਚ, 35 ਸਾਲ ਦੀ ਫੂਡ ਰਿਸਰਚ ਔਰ ਹਿਸਟਰੀ ਨੂੰ ਲੈ ਕੇ ਹੈ, ਖਾਸ ਕਰਕੇ ਇੰਡੀਆ ਦੇ। ਮੈਂ 4.5 ਲੱਖ ਕਿਲੋਮੀਟਰ ਟਰੈਵਲ ਕੀਤਾ ਡਾਕੂਮੈਂਟਿੰਗ ਫੂਡ ਐਂਡ ਰਾਈਟਿੰਗ ਔਨ ਫੂਡ ਐਂਡ ਕਲਚਰ। ਤਾਂ ਹਰ ਇੱਕ ਥਾਂ ਦਾ, ਹਰ ਇੱਕ ਘਰ ਦਾ, ਹਰ ਇੱਕ ਸ਼ੈਫ ਦਾ ਫਲੇਵਰ ਕਿਤੇ ਨਾ ਕਿਤੇ ਬਦਲਦਾ, ਐਂਡ ਕਿਉਂਕਿ ਸਾਨੂੰ ਡਿਸਾਈਡ ਕਰਨਾ ਪੈ ਰਿਹਾ ਸੀ, ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਕਸਿਮਮ ਜਸਟਿਸ ਦੇਈਏ, ਔਰ ਬਿਲਕੁਲ ਰੀਜ਼ਨਿੰਗ ਨਾਲ ਜਸਟਿਸ ਦੇਈਏ ਕਿ ਕਿਉਂ ਅਸੀਂ ਐਕਸੈਪਟ ਕੀਤਾ ਅਤੇ ਕਿਉਂ ਅਸੀਂ ਰਿਜੈਕਟ ਕੀਤਾ। ਮੇਰੇ ਵਾਸਤੇ ਜੈਨੀ ਔਰ ਇਸ਼ਾਨੀ ਬੜੀ ਮਿਹਨਤ ਬਹੁਤ ਮਿਹਨਤ ਕੀਤੀ ਇਹਨਾਂ ਨੇ, ਬਟ ਕਿਤੇ ਨਾ ਕਿਤੇ ਇਹਨਾਂ ਨੇ ਗਲਤੀਆਂ। ਇਸ਼ਾਨੀ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਮੈਂ ਉਹਦਾ ਰਹਿਤਾ ਰਿਜੈਕਟ ਕੀਤਾ ਕਿਉਂਕਿ ਆਪ ਨਹੀਂ ਬਣਾਇਆ। ਸਾਰੇ ਨੰਬਰ ਜਿਹੜੇ ਬਣੇ ਬਣਾਏ ਸੀਗੇ ਉਹ ਇੱਕਦਮ ਖਰਾਬ ਇਸ ਲਈ ਹੋ ਗਏ ਕਿ ਇਹਨੇ ਆਪ ਬਣਾਇਆ ਹੁੰਦਾ ਨਾ ਤਾਂ ਆਈ ਵੁੱਡ ਹੈਵ ਕੰਸੀਡਰਡ ਹਰ ਕੇਸ। ਓਨੈਸਟਲੀ ਇਟ ਵਾਜ਼ ਨੋਟ ਫੇਅਰ ਔਨ ਮਾਈ ਪਾਰਟ ਟੂ ਕੰਸੀਡਰ ਹਰ ਕੇਸ ਵੈਨ ਆਈ ਨਿਊ। ਜੇ ਮੈਨੂੰ ਪਤਾ ਲੱਗਿਆ ਕਿ ਦੇਖੋ ਜੇ ਰਹਿਤਾ ਵੀ ਬਾਹਰੋਂ ਜੇ ਲੈ ਕੇ ਤੁਸੀਂ ਅੱਗੇ ਬਣਾਓ, ਮਾਸਟਰ ਸਾਡਾ ਤਾਂ ਰੋਲ ਖਰਾਬ ਹੋ ਗਿਆ। ਜੈਨੀ ਵਿਚਾਰੀ ਇੰਨੀ ਮਿਹਨਤ ਕਰਕੇ, ਇੰਨਾ ਹਾਰਡ ਵਰਕ ਕਰਕੇ, ਇੰਨਾ ਸੰਘਰਸ਼ ਕਰਕੇ ਇਸ ਹਾਲਤ 'ਚ ਮੈਂ ਤਾਂ ਦਾਗ ਦਿੰਦਾ। ਵੀ ਸ਼ੁੱਡ ਗਿਵ ਅ ਸਟੈਂਡਿੰਗ ਓਵੇਸ਼ਨ ਫੋਰ ਦਿਸ। ਬਟ ਅਨਫੋਰਚੁਨੇਟਲੀ ਅਸੀਂ ਬਹੁਤ ਸੋਚ ਕੇ ਇਹਦੀ ਬਿਰਿਆਨੀ ਸਾਨੂੰ ਰਿਜੈਕਟ ਕਰਨੀ ਪਈ, ਬਿਕੋਜ਼ ਉਹ ਪੰਜਾਬ ਦੀ ਲੋਸਟ ਰੈਸਿਪੀ ਮੇਰੇ ਹਿਸਾਬ ਨਾਲ ਕਿਤੇ ਨਹੀਂ ਆਉਂਦੀ ਸੀ। ਉਹਦੀ ਸਟੋਰੀ ਲਾਈਨ ਵੀ ਜਸਟੀਫਾਈ ਨਹੀਂ ਹੋ ਰਹੀ ਸੀ, ਸਵਾਦ 'ਚ ਕੋਈ ਪ੍ਰੋਬਲਮ ਨਹੀਂ ਸੀ, ਕਮੀ ਨਹੀਂ ਸੀ, ਪ੍ਰੈਜੈਂਟੇਸ਼ਨ ਵੀ ਦੇਖਣ ਨੂੰ ਸੋਹਣੀ ਸੀ, ਬਟ ਉਹਦੇ 'ਚ ਨਾ ਪੰਜਾਬੀ 'ਚ ਕਿਤੇ ਨਾ ਕਿਤੇ ਪੰਜਾਬੀ 'ਚ ਜਿਹੜੀ ਰੂਹ ਹੈ ਨਾ ਉਹ ਹੈ ਨਹੀਂ ਸੀ, ਮਿਸ ਕਰ ਰਹੀ ਸੀ ਕਿਤੇ ਨਾ ਕਿਤੇ। ਇਸ ਕਰਕੇ ਸਾਨੂੰ ਨਾ ਉਹਨੂੰ ਰਿਜੈਕਟ ਕਰਨਾ ਪਿਆ। ਸੋ ਓਬਵੀਅਸਲੀ ਵਿਦ ਦੀਸ ਟੂ ਲੇਡੀਜ਼ ਆਊਟ, ਬਾਕੀ ਰਹਿ ਗਈਆਂ ਦੋਨੋਂ, ਕਸ਼ਿਸ਼ ਐਂਡ ਜੀਆ, ਬੋਥ ਆਫ ਦੈਮ ਹੈਵ ਡਨ ਗੁੱਡ ਜੋਬ, ਬਿਕੋਜ਼ ਉਹਨਾਂ ਦਾ ਕੰਮ ਬਿਲਕੁਲ ਸਿੰਪਲ ਸੀ ਔਰ ਫਲੇਵਰ ਔਰ ਸਿੰਪਲਿਸਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਅਤੇ ਫੋਰ ਅਸ ਆਰ ਵਿਨਰ ਦੈਮ ਕਸ਼ਿਸ਼। ਥੈਂਕ ਯੂ ਜੱਜਸ, ਅਤੇ ਬਹੁਤ ਬਹੁਤ ਕੰਗਰੈਚੁਲੇਸ਼ਨ ਤੁਹਾਡੇ ਦੋਹਾਂ ਨੂੰ, ਅਤੇ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਚਾਰਾਂ ਨੂੰ ਹੀ, ਕਿਉਂਕਿ ਤੁਹਾਡੇ ਚਾਰਾਂ ਤੋਂ ਬਿਨਾਂ ਮੈਨੂੰ ਲੱਗਦਾ ਕਿ ਅੱਜ ਦਾ ਜਿਹੜਾ ਸਾਡਾ ਪਹਿਲਾ ਦਿਨ ਸੀਗਾ ਉਹ ਸ਼ਾਇਦ ਪੂਰਾ ਨਾ ਹੋ ਪਾਉਂਦਾ, ਸੈਮੀਫਾਈਨਲ ਤੱਕ ਤੁਸੀਂ ਪਹੁੰਚੇ ਹੋ, ਇਹੀ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਵੱਡੀ ਗੱਲ ਹੈ। ਤੁਹਾਡੇ ਕੇਕ ਦੀ ਤਾਰੀਫ ਮੈਨੂੰ ਲੱਗਦਾ ਕਿ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬਿਹਾਈਂਡ ਦਾ ਸੀਨ, ਸਾਨੂੰ ਕੇਕ ਖਾਣ ਨੂੰ ਵੀ ਮਿਲਿਆ ਔਰ ਬਹੁਤ ਯਮੀ ਕੇਕ ਸੀਗਾ, ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਜਿੱਤ ਹਾਰ ਜਿਹੜੀ ਆ ਉਹ ਕਿਤੇ ਨਾ ਕਿਤੇ ਇੱਕ ਨੇ ਜਿੱਤਣਾ ਆ, ਕੰਪਟੀਸ਼ਨ ਜਿਹੜਾ ਹੁੰਦਾ ਹੀ ਕਿਸੇ ਇੱਕ ਦੇ ਲਈ ਆ, ਬਾਕੀ ਸਾਰੇ ਲਈ ਉਹ ਲਰਨਿੰਗ ਪ੍ਰੋਸੈਸ ਹੁੰਦਾ ਆ।
ਔਰ ਇਹਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਹੁਣ ਤੱਕ ਸਭ ਨੇ ਪੂਰਾ ਕੀਤਾ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਪਲੇਟਫਾਰਮ ਤੋਂ ਕੁਛ ਨਾ ਕੁਛ ਵਧੀਆ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਲੈ ਕੇ ਜਾਓ ਅਤੇ ਕੁਛ ਨਾ ਕੁਛ ਵਧੀਆ ਜਿਹਨੂੰ ਕਹਿ ਸਕਦੇ ਹਾਂ ਅਸੀਂ ਵੀ ਤੁਹਾਡੇ ਕੋਲੋਂ ਕੁਛ ਸਿੱਖੇ ਅੱਗੇ ਕਿਤੇ ਵਧੀਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਤੇ ਬਹੁਤ ਬਹੁਤ ਕੰਗਰੈਚੁਲੇਸ਼ਨ ਕਸ਼ਿਸ਼ ਅਤੇ ਜੀਆ ਨੂੰ। ਜੀਆ ਅਤੇ ਹੁਣ ਕੁਛ ਬੋਲ ਹੀ ਦਿਓ। ਹਾਂ अगले एपिसोड आने लिए मोटिवेट किया है। लास्ट टाइम मैंने वरिंदर सर जी ने कहा कि जिया तेन कमिंग अगर आना है तो तेन बहुत ज्यादा एफर्ट्स करने पैने हैं, तेन बहुत मेहनत करनी पैनी है। सो मैं अपने वालों एफर्ट्स पूरे किए। थैंक यू सो मच सर, बहुत 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 थैंक यू। हाँ जी, मैं मैंने तो विश्वास ही नहीं हो रहा, मैं फाइनल राउंड तक पहुंच गई हाँ। ये जजिस का कह लो कि उन्होंने टेस्ट जरा कि मैं उन्होंने अच्छा लगता भी। थैंक यू सो मच जी, थैंक यू जी। थैंक्स तुहाडा भी। तो इशानी तुसी की कहना चाहोगे मास्टर शेफ पंजाबी माण पंजाब का, सफर थोड़े लिए कि रहा? बहुत वधिया रहा है। तो इतने आके आई थिंक जजिस तो सीखना वही सब तो बड़ी चीज़ है, क्योंकि असी लाइफ जब भी अगे जाने तो एक्सपीरियंस कितने भी हर कितने असी एक्सपीरियंस ही लैके जाने तो उस तो सीखते भी हाँ। तो आई थिंक मैं बहुत खुश हाँ मैं इतने तक आई, तो इन्ना एक्सपीरियंस मिला, इन सजेशन मिलिया, कॉमेंट्स मिले खाने बारे, तो हूँ अगे तो इंप्रूव करांगे तो उद्दे काम भी कर। निशानी बहुत वधिया गल है कि इस टाइम में भी तुम बड़े समाइल के नाल बड़े पॉजिटिवली जो रिजल्ट या लिता है, तो बहुत बहुत शुक्रिया तुहाडा ते साडी ट्रू इंस्पिरेशन जैनी, सानू स्टैंडिंग ओवेशन मिल गया। अज तक सानू स्टैंडिंग ओवेशन थोड़े फूड लई थोड़े कॉन्सेप्ट लई मिलती है, पर अज तुहाडी जिहड़ी हिम्मत आ थोड़ी, जो आप कह सकते अगर मैं साफ साफ कहां गट दे लई थानू मिली आ, बहुत घट लोगों च इन्ना पैशन हुंदा आ। सो की कहना चाहोगे तुहाडे अपने सफर बारे? ये जर्नी बहुत ही ब्यूटीफुल जर्नी रही है अभी तक की, बहुत कुछ सीखने मिला हर और स्पेशली इस फेस में मुझे इतना कुछ सीखने मिला। आई एम इटसेल्फ ब्लेस्ड, थैंक यू। इतने वैसे बड़ा इमोशनल मोमेंट हो गया, मैं लगता है कि जो इमोशनस है होर हम जो ना आ जाए तद तक मैं चाहनी हाँ कि अच्छ सैमीफाइनल का पहला दिन से साढ़े दो कंटेस्टेंट घर जा रहे हैं, तो दो कंटेस्टेंट होर मेहनत करके तो अगे मिलने, तो ना ही नाल दस देव कि अच्छ पहला ही दिन है, कल भी साढ़े को चार कंटेस्टेंट आने और मैं लगता है कि कॉम्पीटिशन होर भी ज़्यादा टफ हो गया। खाना बहुत आसान आ, एक तो पहला पता से लेकिन बनाना किन्ना औखा आ, ये मैं लगता है कि हर दिन हर एपीसोड के नाल सानू पता लगता जा रहा है। तुसी सानू वेख सकते हो फेसबुक उत्ते, तो सानू जॉइन भी कर सकते हो, तो अपडेट पूरा जिन्ना लेना तुसी वो भी रख सकते हो, तो नाल ही नाल साडे नाल बने रहो क्योंकि इत्थे बहुत कुछ है खास। तद तक लई मैनू प्रपाल जी नूं दिओ इजाजत, धन्यवाद, सत श्री अकाल। जलंधरों गुजराती जा पार समुंदरों आए सब किस्मत अजमावन लेके स्वाद नवाबी। Chinese soja, continental, Italian ja Mediterranean, Mughlai bada swad.